समुद्र की दुनिया बहुत ज़्यादा सोहनी और डरावनी है। समुद्र जिन्ना देखने सोहना लगता है उन्ना ही यह अपने अंदरों भेद भरिया है। रब ना करे कि जेकर कोई इंसान समुद्र के गुम जाता है तो उसके लिए वापस आना किसी चमत्कार तो घट नहीं है। यही कारण है कि जॉस सेल्वाडोर एवारिंगा जो 438 दिन समुद्र के भड़कन तो बाद अपने घर वापस पहुंचता है तो उसके नाम एक वर्ल्ड रिकॉर्ड बन जाता है। यह वर्ल्ड रिकॉर्ड है जी सब तो ज़्यादा समय तक समुद्र के अकले रहने का। हालांकि यह वर्ल्ड रिकॉर्ड जॉस ने जानबूझ के नहीं बनाया सी बल्कि वह गलती दे नाल समुद्र दे विच गुम हो गया सी। अज दी सच्ची घटना दे विच तुहानू दसांगे जॉस सेल्वाडोर एवारिंगा दे बारे जिसने 438 दिन समुद्र दे विच बिताए बिना खाने तो बिना पानी तो बिना छत तो। सो वीडियो नू लास्ट तक जरूर देखना। मैक्सीको दे विच कोस्टा एजुएला नाम दा एक छोटा जिहा पिंड है जिथे 36 साल जॉस अपने परिवार दे नाल रहिंदा सी ते घर दा खर्चा चलाउण दे लई जॉस मच्छी फड़न दा काम करदा सी ते अपने इलाके दा ओह इक बहुत वधिया मछुआरा मन्निया जांदा सी। 17 नवंबर 2012 ਨੂੰ ਜੋਸ਼ ਆਪਣੇ ਇੱਕ ਹੋਰ ਸਾਥੀ ਐਜੂ ਕੁੱਲੀ ਦੇ ਨਾਲ ਸਮੁੰਦਰ ਦੇ ਵਿੱਚ ਮੱਛੀ ਫੜਨ ਜਾਂਦਾ ਹੈ ਤੇ ਇਹਨਾਂ ਦੇ ਕੋਲ ਸਿਰਫ 7 ਫੁੱਟ ਲੰਬੀ ਬੋਟ ਹੁੰਦੀ ਹੈ। ਜੋਸ਼ ਤੇ ਉਸਦੇ ਸਾਥੀ ਨੇ ਤੈਅ ਕੀਤਾ ਸੀ ਕਿ ਉਹ ਸਿਰਫ 30 ਘੰਟਿਆਂ ਦੇ ਲਈ ਸਮੁੰਦਰ ਦੇ ਵਿੱਚ ਰਹਿਣਗੇ। ਉਸ ਸਮੇਂ ਵਿੱਚ ਉਹਨਾਂ ਨੂੰ ਜਿੰਨੀਆਂ ਵੀ ਮੱਛੀਆਂ ਮਿਲ ਜਾਣਗੀਆਂ ਉਹਨਾਂ ਨੂੰ ਲਿਆ ਕੇ ਉਹ ਲੋਕਲ ਮਾਰਕੀਟ ਦੇ ਵਿੱਚ ਵੇਚ ਦੇਣਗੇ ਤੇ ਉਹਨਾਂ ਦੀ ਕਿਸ਼ਤੀ ਦੇ ਵਿੱਚ ਸਿਰਫ 30 ਘੰਟਿਆਂ ਲਈ ਪਾਣੀ ਅਤੇ ਖਾਣ ਪੀਣ ਦਾ ਸਮਾਨ ਸੀ ਤੇ ਉਹਨਾਂ ਦੀ ਕਿਸ਼ਤੀ ਦੇ ਵਿੱਚ ਇੱਕ ਛੋਟੀ ਜਿਹੀ ਫ੍ਰਿਜ ਵੀ ਲੱਗੀ ਸੀ ਮੱਛੀਆਂ ਨੂੰ ਸਟੋਰ ਕਰਨ ਦੇ ਲਈ। ਜੋਸ ਤੇ ਉਸਦਾ ਸਾਥੀ 120 ਕਿਲੋਮੀਟਰ ਮੈਕਸੀਕੋ ਦੇ ਕਿਨਾਰੇ ਤੋਂ ਸਮੁੰਦਰ ਦੇ ਅੰਦਰ ਚਲੇ ਜਾਂਦੇ ਨੇ। ਉੱਥੇ ਜਾ ਕੇ ਉਹ ਮੱਛੀ ਨੂੰ ਫੜਨ ਵਾਲਾ ਜਾਲ ਪਛਾ ਦਿੰਦੇ ਨੇ ਤੇ ਮੱਛੀਆਂ ਦੇ ਫਸਣ ਦਾ ਇੰਤਜ਼ਾਰ ਕਰਨ ਲੱਗ ਜਾਂਦੇ ਨੇ। ਇਸ ਸਮੇਂ ਦੌਰਾਨ ਸਮੁੰਦਰ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਤੂਫਾਨ ਆ ਜਾਂਦਾ ਹੈ ਜਿਸ ਨੂੰ ਦੇਖ ਕੇ ਜੋਸ਼ ਆਪਣੀ ਕਿਸ਼ਤੀ ਨੂੰ ਵਾਪਸ ਆਪਣੇ ਪਿੰਡ ਵੱਲ ਨੂੰ ਮੋੜ ਲੈਂਦਾ ਹੈ। ਜੋਸ਼ ਸਮੁੰਦਰੀ ਤੂਫਾਨ ਤੋਂ ਬਚਣ ਦੇ ਲਈ ਆਪਣੀ ਕਿਸ਼ਤੀ ਨੂੰ 6 ਘੰਟਿਆਂ ਤੱਕ ਫੁੱਲ ਸਪੀਡ ਤੇ ਆਪਣੇ ਪਿੰਡ ਵੱਲ ਨੂੰ ਭਜਾਉਂਦਾ ਹੈ। ਇਸ ਤੋਂ ਬਾਅਦ ਜੋਸ਼ ਆਪਣੀ ਕਿਸ਼ਤੀ ਦੇ ਸਹਾਰੇ ਆਪਣੇ ਪਿੰਡ ਤੋਂ ਕੁਝ ਕੁ ਦੂਰੀ ਤੇ ਹੀ ਰਹਿ ਜਾਂਦਾ ਹੈ। ਉੱਥੋਂ ਉਸ ਨੂੰ ਸਾਫ਼-ਸਾਫ਼ ਆਪਣਾ ਪਿੰਡ ਵੀ ਦਿਸ ਰਿਹਾ ਹੁੰਦਾ ਹੈ। ਆਪਣੇ ਪਿੰਡ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਕੇ ਜੋਸ਼ ਨੂੰ ਕਾਫੀ ਹੌਸਲਾ ਮਿਲਦਾ ਹੈ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਉਂਕਿ ਜੋਸ਼ ਦੀ ਕਿਸ਼ਤੀ ਦਾ ਇੰਜਣ ਹੁਣ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਛੋਟੀ ਜਿਹੀ ਕਿਸ਼ਤੀ ਦੇ ਵਿੱਚ ਇੱਕ ਹੀ ਇੰਜਣ ਸੀ ਤੇ ਉਸਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇੱਥੋਂ ਤੱਕ ਕਿ ਉਸ ਕਿਸ਼ਤੀ ਦੇ ਵਿੱਚ ਕੋਈ ਚੱਪੂ ਵੀ ਨਹੀਂ ਸੀ। ਜੋਸ਼ ਨੇ ਰੇਡੀਓ ਦੀ ਮਦਦ ਦੇ ਨਾਲ ਆਪਣੀ ਕਿਸ਼ਤੀ ਦੇ ਮਾਲਕ ਤੋਂ ਹੈਲਪ ਅਤੇ ਉਸ ਨੂੰ ਆਪਣੀ ਲੋਕੇਸ਼ਨ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਰੇਡੀਓ ਨੇ ਵੀ ਕੰਮ ਛੱਡ ਦਿੱਤਾ ਕਿਉਂਕਿ ਉਸ ਦੀ ਬੈਟਰੀ ਲੋ ਹੋ ਕੇ ਬੰਦ ਹੋ ਗਈ ਸੀ। ਜੋਸ਼ ਦਾ ਕਨੈਕਸ਼ਨ ਹੁਣ ਬਾਹਰੀ ਦੁਨੀਆ ਦੇ ਨਾਲੋਂ ਕੱਟਿਆ ਜਾ ਚੁੱਕਿਆ ਸੀ। ਕਹਿਣ ਨੂੰ ਤਾਂ ਜੋਸ਼ ਦਾ ਪਿੰਡ ਹੁਣ ਉਸ ਦੀਆਂ ਅੱਖਾਂ ਦੇ ਸਾਹਮਣੇ ਸੀ ਪਰ ਉਹ ਉੱਥੇ ਹੁਣ ਚੱਲ ਕੇ ਨਹੀਂ ਜਾ ਸਕਦਾ ਸੀ ਤੇ ਨਾ ਹੀ ਹੁਣ ਜੋਸ਼ ਦੇ ਕੋਲ ਕਿਸ਼ਤੀ ਨੂੰ ਅੱਗੇ ਤੋਰਨ ਦਾ ਕੋਈ ਤਰੀਕਾ ਸੀ। ਇਹ ਸਭ ਦੇ ਦੌਰਾਨ ਸਮੁੰਦਰੀ ਤੂਫਾਨ ਹੋਰ ਤੇਜ਼ੀ ਦੇ ਨਾਲ ਚੱਲਣ ਲੱਗ ਜਾਂਦਾ ਹੈ ਤੇ ਉਹ ਜੋਸ਼ ਦੀ ਕਿਸ਼ਤੀ ਨੂੰ ਵਾਪਸ ਸਮੁੰਦਰ ਵੱਲ ਨੂੰ ਖਿੱਚ ਕੇ ਲੈ ਜਾਂਦਾ ਹੈ। ਉਧਰੋਂ ਜਦੋਂ ਕਿਸ਼ਤੀ ਦੇ ਮਾਲਕ ਨੂੰ ਜੋਸ਼ ਵੱਲੋਂ ਭੇਜਿਆ ਗਿਆ ਅੱਧਾ ਅਧੂਰਾ ਮੈਸੇਜ ਮਿਲਦਾ ਹੈ ਤਾਂ ਉਹ ਤੁਰੰਤ ਰੈਸਕਿਊ ਟੀਮ ਨੂੰ ਜੋਸ਼ ਨੂੰ ਲੱਭਣ ਦੇ ਲਈ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਭੇਜ ਦਿੰਦਾ ਹੈ ਪਰ ਕੋਈ ਪ੍ਰੋਪਰ ਲੋਕੇਸ਼ਨ ਨਾ ਹੋਣ ਕਰਕੇ ਸਰਚ ਟੀਮ ਜੋਸ਼ ਤੇ ਉਸ ਦੇ ਸਾਥੀ ਨੂੰ ਲੱਭ ਨਹੀਂ ਸਕੀ ਤੇ ਉਹਨਾਂ ਨੂੰ ਵਾਪਸ ਖਾਲੀ ਹੱਥ ਮੁੜਨਾ ਪਿਆ। ਇਸ ਤਰ੍ਹਾਂ 5 ਦਿਨ ਲੰਘ ਜਾਂਦੇ ਨੇ ਤੇ ਜੋਸ਼ ਦੀ ਕਿਸ਼ਤੀ ਉਸ ਦੇ ਪਿੰਡ ਤੋਂ 450 ਕਿਲੋਮੀਟਰ ਦੂਰ ਚਲੀ ਜਾਂਦੀ ਹੈ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਪ੍ਰਸ਼ਾਂਤ ਮਹਾਸਾਗਰ ਨੂੰ ਦੁਨੀਆ ਦਾ ਸਭ ਤੋਂ ਵੱਡਾ ਮਹਾਸਾਗਰ ਕਿਹਾ ਜਾਂਦਾ ਹੈ। ਇਸ ਦੇ ਵਿੱਚ ਦੂਰ ਦੂਰ ਤੱਕ ਸਿਰਫ ਪਾਣੀ ਹੀ ਪਾਣੀ ਹੈ। ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਦੂਰ ਦੂਰ ਤੇ ਛੋਟੇ ਛੋਟੇ ਆਈਲੈਂਡ ਵੀ ਬਣੇ ਹੋਏ ਨੇ ਪਰ ਇਹ ਆਈਲੈਂਡ ਤੱਕ ਜਾਂ ਤਾਂ ਇਨਸਾਨ ਪਹੁੰਚਿਆ ਹੀ ਨਹੀਂ ਜਾਂ ਉੱਥੇ ਇਨਸਾਨ ਰਹਿੰਦਾ ਹੀ ਨਹੀਂ। ਇਸ ਲਈ ਜੋਸ਼ ਤੇ ਉਸ ਦੇ ਸਾਥੀ ਦਾ ਕਿਸੇ ਆਈਲੈਂਡ ਦੇ ਕਿਨਾਰੇ ਤੇ ਪਹੁੰਚਣ ਲਗਭਗ ਨਾਮੁਮਕਿਨ ਸੀ। ਇਸ ਤੋਂ ਬਿਨਾਂ ਜੋਸ਼ ਦੇ ਕੋਲ ਜਿਹੜੀ ਕਿਸ਼ਤੀ ਸੀ ਉਸ ਦਾ ਸਾਈਜ਼ ਵੀ ਇੰਨਾ ਜ਼ਿਆਦਾ ਛੋਟਾ ਸੀ ਕਿ ਉਸ ਦੇ ਕੋਲ ਦੀ ਲੰਘਣ ਵਾਲਾ ਕੋਈ ਵੱਡਾ ਜਹਾਜ਼ ਵੀ ਜੋਸ਼ ਨੂੰ ਨਹੀਂ ਦੇਖ ਸਕਦਾ ਸੀ। ਇਹਨਾਂ ਕੋਲ ਖਾਣ ਪੀਣ ਦਾ ਨਾ ਮਾਤਰ ਦਾ ਸਮਾਨ ਸੀ ਤੇ ਇਹ ਵੀ ਨਹੀਂ ਜਾਣਦੇ ਸਨ ਕਿ ਵਾਪਸ ਜਾਉਂਦੇ ਘਰ ਪਹੁੰਚਣਗੇ ਵੀ ਜਾਂ ਨਹੀਂ। ਪਰ ਇਹ ਦੋਨਾਂ ਨੇ ਹਾਰ ਨਹੀਂ ਮੰਨੀ। ਇਹਨਾਂ ਨੇ ਆਪਣਾ ਢਿੱਡ ਭਰਨ ਦੇ ਲਈ ਮੱਛੀਆਂ ਤੇ ਪੰਛੀਆਂ ਦਾ ਕੱਚਾ ਮਾਸ ਖਾਣਾ ਸ਼ੁਰੂ ਕਰ ਦਿੱਤਾ ਤੇ ਬਾਰਿਸ਼ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਦੇ ਨਾਲ ਆਪਣੀ ਪਿਆਸ ਬੁਝਾਉਂਦੇ ਸਨ ਤੇ ਜਦੋਂ ਬਾਰਿਸ਼ ਨਹੀਂ ਹੁੰਦੀ ਸੀ ਤਾਂ ਇਹ ਮੱਛੀਆਂ ਦਾ ਖੂਨ ਅਤੇ ਪੰਛੀਆਂ ਦਾ ਖੂਨ ਤੇ ਆਪਣਾ ਪਿਸ਼ਾਬ ਪੀਂਦੇ ਸਨ ਤੇ ਜੇਕਰ ਇਹ ਸਮੁੰਦਰ ਦਾ ਪਾਣੀ ਪੀਣ ਦੀ ਕੋਸ਼ਿਸ਼ ਕਰਦੇ ਤਾਂ ਖਾਰਾ ਪਾਣੀ ਹੋਣ ਦੇ ਕਾਰਨ ਇਹਨਾਂ ਦੀ ਮੌਤ 1-2 ਦਿਨਾਂ ਦੇ ਵਿੱਚ ਹੀ ਹੋ ਜਾਂਦੀ। ਇਹ ਮੁਸ਼ਕਲ ਹਾਲਾਤਾਂ ਦੇ ਵਿੱਚ ਜੋਸ਼ ਅਤੇ ਉਸ ਦੇ ਸਾਥੀ ਦੇ ਉੱਪਰ 1-1 ਦਿਨ ਭਾਰਾ ਪੈ ਰਿਹਾ ਸੀ ਤੇ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਟੁੱਟ ਰਹੇ ਸਨ ਤੇ ਜੋਸ਼ ਦੇ ਲਈ ਹਾਲਾਤ ਉਦੋਂ ਜ਼ਿਆਦਾ ਵਿਗੜ ਗਏ ਜਦੋਂ ਉਸ ਦੇ ਸਾਥੀ ਨੇ 4 ਮਹੀਨੇ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਸਮੁੰਦਰ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਹੁਣ ਜੋਸ਼ ਪੂਰੇ ਸਮੁੰਦਰ ਦੇ ਵਿੱਚ ਬਿਲਕੁਲ ਇਕੱਲਾ ਹੋ ਗਿਆ ਸੀ। ਨਾ ਤਾਂ ਉਸ ਦੇ ਕੋਲ ਕੋਈ ਗੱਲ ਕਰਨ ਵਾਲਾ ਸਾਥੀ ਸੀ ਤੇ ਨਾ ਹੀ ਉਸ ਦਾ ਕੋਈ ਦੁੱਖ ਵਡਾਉਣ ਵਾਲਾ ਉੱਥੇ ਸੀ। ਹੁਣ ਜੋਸ਼ ਪ੍ਰਸ਼ਾਂਤ ਮਹਾਸਾਗਰ ਦੇ ਬਿਲਕੁਲ ਸੁੰਨਸਾਨ ਇਲਾਕੇ ਦੇ ਵਿੱਚ ਪਹੁੰਚ ਚੁੱਕਿਆ ਸੀ। ਇਹ ਉਹ ਇਲਾਕਾ ਸੀ ਜਿੱਥੋਂ ਦੀ ਕਦੇ-ਕਦੇ ਸਮੁੰਦਰੀ ਕਾਰਗੋ ਜਹਾਜ਼ ਲੰਘਦੇ ਸਨ ਪਰ ਹੁਣ ਤੱਕ ਜੋਸ਼ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਸੀ। ਇੱਕ ਦਿਨ ਉਸ ਦੀ ਨਜ਼ਰ ਸਮੁੰਦਰ ਦੇ ਵਿੱਚ ਤੈਰਦੇ ਹੋਏ ਇੱਕ ਕਾਰਗੋ ਜਹਾਜ਼ ਦੇ ਉੱਪਰ ਪੈਂਦੀ ਹੈ। ਕਾਰਗੋ ਜਹਾਜ਼ ਨੂੰ ਦੇਖ ਕੇ ਜੋਸ਼ ਦੇ ਜਿਉਂਦੇ ਰਹਿਣ ਦੀ ਫਿਰ ਤੋਂ ਉਮੀਦ ਜਾਗ ਜਾਂਦੀ ਹੈ। ਸਮੁੰਦਰ ਦੇ ਵਿੱਚ ਜਿਵੇਂ ਤਿਵੇਂ 6 ਮਹੀਨੇ ਗੁਜ਼ਾਰਨ ਤੋਂ ਬਾਅਦ ਜੋਸ਼ ਨੂੰ ਪਹਿਲੀ ਵਾਰ ਘਰ ਮੁੜਨ ਦੀ ਕੋਈ ਆਸ ਬੱਝੀ ਸੀ। ਜੋਸ਼ ਨੇ ਸਮੁੰਦਰੀ ਜਹਾਜ਼ ਵੱਲ ਦੇਖ ਕੇ ਉਹਨਾਂ ਨੂੰ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਪਰ ਐਡੇ ਵੱਡੇ ਸਮੁੰਦਰੀ ਜਹਾਜ਼ ਦੇ ਵਿੱਚੋਂ ਕਿਸੇ ਦੀ ਵੀ ਜੋਸ਼ ਦੀ ਛੋਟੀ ਜਿਹੀ ਕਿਸ਼ਤੀ ਦੇ ਉੱਪਰ ਨਜ਼ਰ ਪੈਣਾ ਲਗਭਗ ਨਾਮੁਮਕਿਨ ਸੀ। ਇਸ ਤਰ੍ਹਾਂ ਕਿਸੇ ਦੀ ਵੀ ਨਜ਼ਰ ਜੋਸ਼ ਦੇ ਉੱਪਰ ਨਹੀਂ ਪੈਂਦੀ ਤੇ ਉਹ ਸਮੁੰਦਰੀ ਜਹਾਜ਼ ਜੋਸ਼ ਦੇ ਬਿਲਕੁਲ ਕੋਲ ਦੀ ਲੰਘ ਜਾਂਦਾ ਹੈ। ਇਸ ਤੋਂ ਬਾਅਦ ਜੋਸ਼ ਨੇ ਸਭ ਕੁਝ ਆਪਣੀ ਕਿਸਮਤ ਦੇ ਉੱਪਰ ਛੱਡ ਦਿੱਤਾ ਤੇ ਕਿਸ
वक्त गुजरता गया तो जॉश ने छोटी जी कैश्ती दे विच बैठे बैठे 8000 किलोमीटर का सफर तय कर लिया सी समुद्र दे विच। जॉश दे कपड़े बिल्कुल फट चुके सन ते उसके शरीर के उपर सिर्फ एक अंडरवीयर बचा सी। जॉश की दाढ़ी अते उसके सिर के बाल बढ़ चुके सन ते उसका सारा शरीर काला पै गया सी। ओवरऑल कहीए तो जॉश के हालात हुण बहुत ज्यादा माड़े सन ते उसकी जिंदगी जीउण की आस भी खत्म हो चुकी सी। पर हुण 14 महीनों बाद जॉश का यह सफर खत्म होने वाला सी ते उसनूं एक नवीं जिंदगी मिलने वाली सी, क्योंकि समुद्र दे विच सफर करते हुए जॉश ने 30 जनवरी 2014 नूं अपनी कैश्ती दे आले दुआले हरे नारियल तैरते हुए देखे। इन्हां नारियल नूं देख के जॉश समझ गया कि वह किसी आइलैंड दे नेड़े पहुंच चुक्या है, जिथे लगे नारियल नूं तेज हवावां ने तोड़ के समुद्र दे विच सुट दिता है। जॉश ने जदी उठ के अपनी कैश्ती तों आले दुआले नूं देखिया तां उसनूं थोड़ी ही दूर ते एक आइलैंड दिखाई दिता, जिस नूं देख के जॉश की खुशी का कोई टिकाणा नहीं रहा। वह नहीं चाहुंदा सी कि फिर तो समुद्री हवावां उसकी कैश्ती नूं धक्क के समुद्र दे विच लै जाण ते उह आइलैंड तों दूर हो जाए। इसलिए जॉश ने बिना कोई टाइम गवाए कैश्ती तों समुद्र दे विच छाल मार दित्ती ते उह तैरदा होया इस आइलैंड ते पहुंच गया। जिवें ही जॉश ने इस आइलैंड की जमीन के उपर अपना पैर रखा तो वह समझ गया कि वह कितना ज्यादा कमजोर हो चुकया है। उसके पैरों के बिल्कुल जान नहीं सी, जिस के कारण उसनूं चलण दे विच प्रॉब्लम हो रही सी। पर औखे सौखे किसी तरह जॉश इस आइलैंड के अंदर चलिया जाता है ते उत्थे उसनूं एक लक्कड़ की बनी हुई झोंपड़ी दिखाई दिंदी है। जॉश ने जदों उस झोंपड़ी के अगे खड़ के आवाज लगाई तो उसकी मुलाकात एक स्थानक निवासी दे नाल हुंदी है। जॉश ने अपने साथी की मौत तो बाद लगभग एक साल तक किसी इंसान का मुंह नहीं देखा सी। उस अणजाण इंसान दे नाल गलबात करन तों बाद जॉश नूं पता लग्गिया कि उह एबोन एटोल आइलैंड दे उपर पहुंच गया है, जिहड़ा कि उसके पिंड तों लगभग 11000 किलोमीटर दूर है ते इन्ने लंबे सफर नूं जॉश ने बिना किसी की मदद तों पूरा किया सी। इस तों बाद जॉश ने उस इंसान तों मदद मंगी ते अपनी पूरी हड बीती उसनूं दस दित्ती। उस स्थानक निवासी ने रेस्क्यू टीम दे नाल संपर्क किया ते जॉश नूं लैण दे लई रेस्क्यू टीम दा इक हैलीकॉप्टर उत्थे पहुंच गया। इस तों बाद जॉश नूं वापस मैक्सीको भेज दिता गया, जिथे लगभग वह 6 महीनों तक हॉस्पिटल दे विच दाखल रहा। जॉश दा शरीर बहुत ज्यादा कमजोर हो चुका सी ते उसका ब्लड प्रेशर काफी ज्यादा लो सी ते पानी की कमी दे नाल जॉश डीहाइड्रेट भी हो गया सी। लगभग 14 महीने लापता रहने तो बाद जॉश का परिवार भी उसनूं मुर्दा समझ चुकिया सी ते जदों जॉश ने उसके साथी के परिवार वालों नूं दस्सिया कि किस तरह उसने आत्महत्या कर ली तो उसके साथी के परिवार वालों ने जॉश के उपर केस कर दिता, क्योंकि जॉश के साथी के परिवार वालों का कहना सी कि जॉश ने अपनी जान बचाने के लिए अपने साथी का कतल करके उसका मांस खा लिया है। पर जॉश का कहना सी कि उसके साथी जाने कि एनजी क्यूल ने खुद डिप्रेशन के आके सुसाइड किया है ते इस केस के कारण जॉश नूं कई साल थाने ते कचहरियां दे गेड़े भी कढ़ने पए। हालांकि जॉश दे नाम दे उपर समुंदर दे विच सब तो लंबे समय तक अकले रहण दा वर्ल्ड रिकॉर्ड बन चुकिया है। इन्हां 14 महीनों दौरान जॉश ने की कुछ सहया होवेगा यह चीज का अंदाजा तुसीं अते मैं नहीं लगा सकते, पर उसने दुनिया के सामने मिसाल पैदा कर दित्ती कि जेकर तुहाडे विच हौसला है तां तुहानूं सबर दा फल जरूर मिलेगा। पर जॉश नूं इह सदमे दे विचों बाहर निकलण दे लई कई सालां दा टाइम लग गया ते अज दे समय जॉश समुंदर दे विच जाण तों अते मच्छी फड़न तों बहुत ज्यादा घबराउंदा है। इह सी जी इक सच्ची कहानी जॉश दे बारे। तुहानूं साडी वीडियो कि लगी कमेंट करके जरूर दसना ते साडे यूट्यूब दे चैनल जो ट्यून जरूर सबसक्राइब करना। धन्यवाद।